ਇਹਦੀ ਵਾਰੰਟੀ ਦੇਖੋ 66 ਮੰਥ ਹੈ ਜੀ ਓਏ ਹੋਏ 5.5 ਸਾਲ ਠੀਕ ਹੈ ਇਹ ਮਰਸਡੀਜ਼ ਦੀ ਬੈਟਰੀ ਹੈਗੀ ਤੇ ਇਹਦਾ ਫਿਰ ਰੇਟ ਕੀ ਹੋਊਗਾ ਜੀ ਇਹ ਬੈਟਰੀ ਸਰ 16000 ਰੁਪਏ 16000 ਦੀ ਤੇ ਬੈਟਰੀਆਂ ਆਪਣੀਆਂ ਤੁਸੀਂ ਪਵਾ ਸਕਦੇ ਹੋ ਇਹ ਮੋਟਰਸਾਈਕਲਾਂ ਦੀ ਪਵਾ ਸਕਦੇ 300 ਰੁਪਏ ਤੋਂ ਸਟਾਰਟ ਨੇਗੀਆਂ ਤੇ 300 ਤੋਂ ਸਟਾਰਟ ਹੋ ਗਈ ਆਪਣੇ ਕੋਲ ਇਸ ਟਾਈਮ ਕਿ ਤੇ ਹਰ ਰੋਜ਼ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜਾ ਇੱਕ ਜਿਵੇਂ ਕਮੈਂਟ ਮੈਂ ਪੜ੍ਹਦਾ ਜਿਹੜਾ ਕਮੈਂਟ ਮੈਨੂੰ ਸਭ ਤੋਂ ਵਧੀਆ ਲੱਗਿਆ ਹੋਊ ਕਰਿਆ ਕਰੂ ਭਰਾ ਦਾ ਕਿਸੇ ਦਾ ਕਮੈਂਟ ਲੱਗਿਆ ਕਰੂਗਾ ਤੇ ਉਹ ਆਪਾਂ ਜਿਵੇਂ ਆਹ ਵਾਲੀ ਵੀਡੀਓ ਦੇ ਵਿੱਚ ਅੱਜ ਮੈਨੂੰ ਕੱਲ੍ਹ ਵਾਲੇ ਕਮੈਂਟ ਆ ਵਧੀਆ ਲੱਗਿਆ ਸਭ ਤੋਂ ਆਹ ਕਮੈਂਟ ਜਿਹੜਾ ਸਕਰੀਨ 'ਤੇ ਆ ਰਿਹਾ ਹੈਗਾ ਤੇ ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅਤੇ ਅੱਜ ਦਾ ਦਿਨ ਤਾਂ ਨਾ ਇੰਦਰ ਦੇਵ ਤੇ ਨਿਆਤੀ ਕਰਾ ਰੱਖੀ ਸੀਗੀ ਆਪਣੀਆਂ ਕਣਕਾਂ ਸਾਰੀਆਂ ਮੰਡੀਆਂ 'ਚ ਰੁੜ ਰਹੀਆਂ ਨੇਗੀਆਂ ਅਤੇ ਇੱਧਰੋਂ ਮੀਂਹ ਵਾਲਾ ਮੌਸਮ ਹੋਇਆ ਪਿਆ ਹੈ ਨਾ ਹਨੇਰੀ ਮੀਂਹ ਤੂਫਾਨ ਸੰਗਰੂਰ ਤਾਂ ਬਹੁਤ ਜ਼ਿਆਦਾ ਹਨੇਰੀ ਆਈ ਅੱਜ ਅਤੇ ਉਹਦੇ ਕਰਕੇ ਆਪਣਾ ਟਰੈਕਟਰ ਅੱਜ ਪੇਂਟ ਹੋਣਾ ਸੀਗਾ ਅਤੇ ਪੇਂਟ ਦਾ ਕੰਮ ਫਿਰ ਆਪਾਂ ਰੋਕਤਾ ਸੀਗਾ ਕਿਉਂਕਿ ਹਨੇਰੀ ਨਾਲ ਮਿੱਟੀ ਬਹੁਤ ਉੱਡ ਰਹੀ ਸੀਗੀ ਅਤੇ ਆਪਾਂ ਫਿਰ ਪੇਂਟ ਦਾ ਕੰਮ ਅੱਜ ਜਮ੍ਹਾਂ ਰੋਕਤਾ ਸੀ ਬੰਦ ਕਰਤਾ ਸੀਗਾ ਅਤੇ ਕੱਲ੍ਹ ਸਵੇਰੇ ਪੇਂਟ ਹੋਣਾ ਹੈਗਾ ਅਤੇ ਅੱਜ ਦਾ ਦਿਨ ਫਿਰ ਮੇਰਾ ਮੂਡ ਦਿਲ ਵੀ ਨਹੀਂ ਕੀਤਾ ਵੀਡੀਓ ਬਣਾਉਣ ਨੂੰ ਵੀ ਸ਼ੁਰੂ ਕੀਤੀ ਅਤੇ ਹੁਣ ਰਾਤ ਦਾ ਟਾਈਮ ਹੈ ਇੱਕ ਹੋਰ ਸਿਆਪਾ ਪੈ ਗਿਆ ਇਨਵਰਟਰ ਖਰਾਬ ਹੋ ਗਿਆ ਆਪਣਾ ਘਰੇ ਅਤੇ ਇਨਵਰਟਰ ਦੀ ਬੈਟਰੀ ਨਵੀਂ ਲੈਣ ਚੱਲੇ ਹਾਂਗੇ ਅਤੇ ਵਲੋਗ ਦੀ ਸ਼ੁਰੂਆਤ ਕਰ ਦਿਆਂਗੇ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ ਬੈਟਰੀਆਂ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਮੇਨ ਅੱਜ ਅਤੇ ਆਹ ਆਪਣਾ ਇਨਵਰਟਰ ਹੈਗਾ ਅਤੇ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਪਾਣੀ ਵੀ ਇਹਦੇ ਵਿੱਚ ਘੱਟ ਹੀ ਹੈਗਾ ਅਤੇ ਪਹਿਲਾਂ ਉਹਦਾ ਤੇਜ਼ ਲਿਊਮੀਨੈਸ ਦਾ ਲੱਗਿਆ ਹੋਇਆ ਸੀਗਾ ਅਤੇ ਹੁਣ ਦੇਖਦੇ ਹਾਂ ਇਨਵਰਟਰ ਆਪਣੇ ਘਰ ਵਾਲੀ ਹੁਣ ਵਾਲੀ ਬੈਟਰੀਆਂ ਦਾ ਰੇਟ ਕੀ ਹੈਗਾ ਅਤੇ ਉਹੀ ਸਾਰੀ ਚੀਜ਼ਾਂ ਅੱਜ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਗੱਡੀਆਂ ਦੀ ਬੈਟਰੀ ਕਿੰਨੇ ਦੀ ਟਰੈਕਟਰਾਂ ਦੀ ਕਿੰਨੇ ਦੀ ਅਤੇ ਇਨਵਰਟਰ ਕਿੰਨੇ ਦਾ ਕਿੰਨੇ ਤੋਂ ਕਿੰਨੇ ਤੱਕ ਜਾਂਦੇ ਨੇ ਉਹ ਸਾਰੀ ਚੀਜ਼ਾਂ ਅਤੇ ਤੁਹਾਡੇ ਲਈ ਸਹੀ ਜਿਹੜੀ ਆਪਣੀ ਐਂ ਵੀ ਐਡਵਾਈਸ ਬੈਟਰੀ ਕਿਹੜੀ ਲਾਉਣੀ ਚਾਹੀਦੀ ਹੈ ਅਤੇ ਕਿਵੇਂ ਕੇਅਰ ਕਰਨੀ ਚਾਹੀਦੀ ਉਹ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਅਤੇ ਮੈਂ ਆ ਗਿਆ ਕਿਸਾਨ ਬੈਟਰੀ ਹਾਊਸ ਸੰਗਰੂਰ ਅਤੇ ਉਰੇ ਬੈਟਰੀ ਆਪਾਂ ਸਾਰੀਆਂ ਟਰੈਕਟਰਾਂ ਦੀਆਂ ਸਾਰੇ ਜਿੰਨੀਆਂ ਬੈਟਰੀਆਂ ਨੇ ਆਪਾਂ ਉਰੋਂ ਹੀ ਲੈਂਦੇ ਹਾਂਗੇ ਅਤੇ ਮੋਨੂ ਜੋਸ਼ੀ ਵੀਰ ਆਪਣਾ ਵੱਡਾ ਭਰਾ ਵੀ ਹੈਗਾ ਅਤੇ ਉਹਦੇ ਨਾਲ ਵਧੀਆ ਗੱਲਬਾਤ ਕਰਾਂਗੇ ਆਪਾਂ ਅੱਜ ਬੈਟਰੀਆਂ ਬਾਰੇ ਅਤੇ ਉਰੇ ਹੁਣ ਆਪਾਂ ਆਪਣੀ ਐਮਰੋਨ ਦੀ ਬੈਟਰੀ ਘਰੇ ਲਾਵਾਂਗੇ ਜਿਹੜੀ ਆਪਣੇ ਲਾਉਣੀ ਹੈ ਇਨਵਰਟਰ 'ਤੇ ਲਾਉਣੀ ਹੈ ਐਮਰੋਨ ਦੀ ਲਾਉਣੀ ਹੈਗੀ ਅਤੇ ਇਹਦੇ ਬਾਰੇ ਪੂਰੀ ਜਾਣਕਾਰੀ ਆਪਾਂ ਲੈਣ ਦੀ ਕੋਸ਼ਿਸ਼ ਕਰ ਦਿਆਂਗੇ ਅਤੇ ਐਮਰੋਨ ਦੀ ਆਪਾਂ ਨੇ ਜਿਹੜੀ ਬੈਟਰੀ ਲਈ ਹੈ ਇਹਦੇ ਉੱਤੇ ਨੰਬਰ ਪਾ ਰਹੇ ਹੈਗੇ ਗਰੰਟੀ ਕਾਰਡ ਬਣੂਗਾ ਅਤੇ ਹੁਣ ਤੁਹਾਨੂੰ ਦਿੰਦੇ ਹਾਂਗੇ ਬੈਟਰੀਆਂ ਬਾਰੇ ਜਾਣਕਾਰੀ ਤੇ ਹਾਂਜੀ ਮੈਨੂੰ ਵੀਰੇ ਕੀ ਹਾਲ ਹੈ ਜੀ ਤੁਹਾਡਾ ਬਹੁਤ ਵਧੀਆ ਸਰ ਠੀਕ ਹੈ ਜੀ ਹਾਂਜੀ ਪਿਛਲੀ ਵਾਰ ਆਪਾਂ ਨੇ ਇੱਕ ਵੀਡੀਓ ਪਾਈ ਸੀ ਤੇ ਬੜੀ ਦੂਰੋਂ ਕਿੱਥੋਂ ਆਏ ਸੀ ਲੈਣ ਫਤਿਹਾਬਾਦ ਤੋਂ ਬੈਟਰੀ ਲੈਣ ਆਏ ਸੀ ਸਪੈਸ਼ਲ ਤੇ ਉਹ ਇੱਕ ਤਾਂ ਉਹ ਬੈਟਰੀ ਟਰੈਕਟਰ ਦੀ ਜਿਹੜੀ ਸਪੈਸ਼ਲ ਬੈਟਰੀ ਲਾਈ ਸੀ ਉਹਦੇ ਬਾਰੇ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਇਨਵਰਟਰ ਤੋਂ ਸ਼ੁਰੂ ਕਰਦੇ ਆਂ ਆਪਣੇ ਤੋਂ ਵੀ ਇਨਵਰਟਰ ਦੀ ਬੈਟਰੀ ਹਾਂਜੀ ਹਾਂ ਇਹਦਾ ਕੁਝ ਕੰਪਨੀ ਨੇ ਡਿਜ਼ਾਈਨ ਚੇਂਜ ਕੀਤਾ ਤੁਸੀਂ ਦੇਖ ਸਕੋਗੇ ਨਾਰਮਲ ਪਹਿਲਾਂ ਇੱਥੇ ਵਾਟਰ ਲੇਵਲ ਲੱਗੇ ਹੁੰਦੇ ਸੀਗੇ 6-7 ਲੱਗੇ ਹੁੰਦੇ ਨੇ ਬੈਟਰੀ ਪਈ ਹਾਂਜੀ 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 ਇਹਦੇ ਨਾਲ ਕੀ ਹੁੰਦਾ ਸੀ ਜਦੋਂ ਬੈਟਰੀ ਚਾਰਜ ਇਨਵਰਟਰ ਕਰਦਾ ਸੀਗਾ ਤਾਂ ਤੇਜ਼ਾਬ ਦੀ ਫਿਊਮ ਟੁੱਟਦੀਆਂ ਸੀਗੀਆਂ ਜਿਹੜੀ ਬਾਡੀ ਦੇ ਅੰਦਰ ਜਾਂਦੀਆਂ ਸੀ ਤਾਂ ਉਹ ਕੰਪਨੀ ਨੇ ਹੁਣ ਇੱਥੇ ਨੂੰ ਬੰਦ ਕਰਤਾ ਠੀਕ ਹੈ ਜੀ ਵਾਟਰ ਲੈਵਲ ਦੇਖਣ ਵਾਸਤੇ ਇੱਕ ਸੈਂਟਰ ਦੇ ਵਿੱਚ ਇਹਦੇ ਇੰਡੀਕੇਟਰ ਲਗਾਤਾ ਠੀਕ ਹੈ ਜੀ ਇੰਡੀਕੇਟਰ ਫਿਰ ਇੱਥੇ ਲੱਗੇਗਾ ਇਹ ਉਹ ਸਿੰਗਲ ਦੇਤਾ ਪਹਿਲਾਂ ਇੰਨੇ ਸੈਂਟਰ ਦੇ ਚਾਲਾ ਸੀ ਹੁਣ ਸਿੰਗਲ ਵਾਟਰ ਲੈਵਲ ਤੇ ਸਿੰਗਲ ਹੀ ਹੈਗਾ ਇੱਥੇ ਦੇਖਣੇ ਜਦੋਂ ਇਹ ਲੈਵਲ ਥੱਲੇ ਆ ਗਿਆ ਤਾਂ ਉਸ ਤੋਂ ਬਾਅਦ ਇਸ ਨੂੰ ਖੋਲਣਾ ਦੋਨੋਂ ਨੂੰ ਤੇ ਇਹਦੇ ਵਿੱਚ ਨਾਰਮਲ ਆਰ ਵਾਲਾ ਪਾਣੀ ਪਾ ਕੇ ਇਸ ਨੂੰ ਟਾਪ ਅਪ ਕਰ ਦੇਣਾ ਠੀਕ ਹੈ ਜੀ ਇਹ ਬੈਟਰੀ ਦੀ ਖਾਸ ਗੱਲ ਕੀ ਹੈ ਜੀ ਹੁਣ ਇਹ ਦੱਸੋ ਮੜਾ ਖਾਸ ਗੱਲ ਤਾਂ ਸਰ ਪਹਿਲਾਂ ਤਾਂ ਇਹਦਾ ਡਿਜ਼ਾਈਨ ਹੈ ਅੱਛਾ ਜੀ ਦੂਸਰਾ ਇਹਦਾ ਬੈਕਅਪ ਹੈ 200 AHA ਦੀ ਕਪੈਸਿਟੀ ਹੈ ਠੀਕ ਹੈ ਜੀ ਅਪਰੋਕਸੀਮੇਟਲੀ ਮਤਲਬ ਇੱਕ ਸੀਲਿੰਗ ਫੈਨ ਇਸ ਤੇ 22 ਤੋਂ 23 ਘੰਟੇ ਦਾ ਬੈਕਅਪ ਦਿੰਦਾ ਹੈ ਅੱਛਾ ਜੀ ਨਾਰਮਲ ਬੈਟਰੀ ਜਿਹੜੀ 150 AHA ਆਪਾਂ ਘਰੇ ਲਗਾਉਂਦੇ ਹਾਂ ਉਹਦਾ ਬੈਕਅਪ 13-14 ਘੰਟੇ ਆਉਂਦਾ ਜੀ ਇਸ ਤੇ ਤੁਸੀਂ ਜੇਕਰ ਕੋਈ ਕੂਲਰ ਚਲਾਉਣਾ ਕੋਈ ਵੱਡਾ ਪੱਖਾ ਚਲਾਉਣਾ ਕੁਛ ਵੀ ਚਲਾਉਣਾ ਤੁਸੀਂ ਇਸ ਤੇ ਚਲਾ ਸਕਦੇ ਹੋ ਠੀਕ ਹੈ ਜੀ ਤੇ ਚਾਰ ਪੱਖੇ 6 ਘੰਟੇ ਜੀ 6 ਘੰਟੇ ਇਹ ਜਿਹੜੀ ਆਪਣੀ ਪਹਿਲਾਂ ਬੈਟਰੀ ਸੀਗੀ ਉਹ ਕਿਹੜੀ ਸੀ ਪਹਿਲਾਂ ਸਰ ਆਪਾਂ ਦਿੱਤੀ ਸੀਗੀ ਐਮਰੋਨ ਹਾਈਵੇ ਹਾਂਜੀ ਜਿਹੜੀ ਟਰੈਕਟਰ ਲਈ ਆਪਾਂ ਯੂਜ਼ ਕੀਤੀ ਹੁਣ ਟਰੈਕਟਰਾਂ ਤੇ ਆ ਗਏ ਆਪਾਂ ਹਾਂਜੀ ਹਾਂ ਤੇ ਟਰੈਕਟਰ ਲਈ ਆਪਾਂ ਨੇ ਇਹ ਵਾਲੀ ਬੈਟਰੀ ਇਹਦਾ ਕਾਰਨ ਕੀ ਸੀਗਾ ਵੀ ਤੁਸੀਂ ਸਾਨੂੰ ਇਹ ਰეკਮੈਂਡ ਕੀਤੀ ਸੀ ਇਹ ਨਾਰਮਲ ਸਰ ਜਿੰਨੀਆਂ ਬੈਟਰੀਜ਼ ਆਉਂਦੀਆਂ ਨੇ ਉਹ ਆਉਂਦੀਆਂ ਨੇ 13 ਪਲੇਟ ਜਾਂ 15 ਪਲੇਟ ਇਹ ਇਕੱਲੀ ਬੈਟਰੀ ਹੈ ਜਿਹੜੀ 17 ਪਲੇਟ ਦੇ ਵਿੱਚ ਆਉਂਦੀ ਹੈ ਇੱਕੋ ਇਹ ਟਰੈਕਟਰ ਦੇ ਵਿੱਚ 17 ਪਲੇਟ ਬੈਟਰੀ ਹੈਗੀ ਇਹ ਮੈਂ ਉਂ ਜ਼ਿਆਦਾਤਰ ਯੂਜ਼ ਕਿਹੜੇ ਚੀਜ਼ ਤੇ ਕੀਤੀ ਜਾਂਦੀ ਹੈਗੀ ਇਹ ਸਰ ਵੈਸੇ ਤਾਂ ਇਹ ਬੈਟਰੀ ਬਣੀ ਸੀਗੀ ਉਹਦੇ ਵਾਸਤੇ ਜਿਹੜੇ ਵੱਡੇ ਟਰਾਲੇ ਘੋੜੇ ਹੁੰਦੇ ਨੇ ਉਹਨਾਂ ਤੋਂ ਜੋੜਾ ਲੱਗਦਾ ਅੱਛਾ ਜੀ ਇਸ ਤੇ ਟਰਾਲਾ ਜਾਂਦਾ ਹੈ ਠੀਕ ਹੈ
बैटरी लागे भेजी है मेजर फर्क उजाइन बराबर मारुति ने 2015 बैटरी का साइज घटाता सी, पहला 65 AH आंदी सी, हुण इहदे विच आ रही है 50 AH, जिहड़ी 2015 तों ऑनवर्ड्स बाद दी गड्डियां ने। ठीक है जी। ते 65 AH दी एक्चुअल ते लाइफ सी कि ज्यादा, ते अप्रोक्सीमेटली 4 to 5 साल चल जांदी सी। 50 AH दी घट है तां ओही रेपिटेशन हो जांदी है बैटरी दी, जल्दी इहनां दी बैटरी विकण लग गई कंपनियां ने। मेन है वी उहनां ने अपनी कोस्ट घटाउण दे मारे खर्चा नहीं, कंपनी ने अपनी बैटरी घट बिकदी सी, क्योंकि 5-5 साल बाद बारी आउंदी सी, हुण 3-3 साल बाद 4-4 साल बाद बारी। ठीक है, ते आपां ओह कढवा के नवीं बैटरी लवाई सी, ते ओह पहलां केहड़ी आउंदी है, बाद चो ऐसी केहड़ी लवाई है, ओह दस्सिओ उहदे बारे। पहलां सर इहदे विच 50 AH आउंदी डिन 50, हुण आपां ने डिन 65 लगाई है। मर्सिडीज दी कुछ बैटरियां ने उडीकी च फिट हुंदियां ने, उडीकी वास्ते स्पेशल बैटरी आंदी है,
ਔਡੀ ਦੀ ਬੈਟਰੀਆਂ ਨੇ ਉਹਨਾਂ ਦੇ ਜਿਹੜੀ ਕਨੈਕਟਰ ਸੀਟ ਹੈ ਉਹਦੇ ਨੀਚੇ ਫਿੱਟ ਹੁੰਦੀਆਂ ਨੇ ਉਹ ਬੈਟਰੀ ਉਹਦੀ ਸਪੈਸ਼ਲ ਆਉਂਦੀ ਹੈ ਉਹ ਉੱਥੇ ਉਹੀ ਲੱਗੇਗੀ ਆਪਾਂ ਲਗਾ ਹਰ ਗੱਡੀ ਦੀ ਅੱਡ ਬੈਟਰੀ ਹੁੰਦੀ ਹੈ ਅਲੱਗ ਬੈਟਰੀ ਹੈ ਜੀ ਤੇ ਕਾਮਨ ਜੀ ਕਿਹੜੀ ਗੱਡੀ ਦੀ ਆਉਂਦੀ ਹੈ ਜਿਹੜੀ ਹਰੇਕ ਚ ਲੱਗ ਜਾਂਦੀ ਹੈ ਕਾਮਨ ਦੀ ਸਰ ਆਲਟੋ ਜੈਨ ਸਵਿਫਟ ਪੈਟਰੋਲ ਮਤਲਬ ਜਿਹੜੀ ਪੈਟਰੋਲ ਕਾਰਸ ਨੇ ਇਹਨਾਂ ਦੀ ਆਲਮੋਸਟ ਕਾਮਨ ਬੈਟਰੀਆਂ ਨੇ ਬਾਕੀ ਸਾਰੇ ਦੀ ਡੀਜ਼ਲ ਗੱਡੀ ਦੇ ਅਲੱਗ-ਅਲੱਗ ਹੈ ਅਲੱਗ-ਅਲੱਗ ਹੈ ਹੁਣ ਫੋਰਡ ਦੀ ਕੋਈ ਬੈਟਰੀ ਜਿਵੇਂ ਹੈਗੀ ਉਹ ਚ ਕੀ ਫਰਕ ਹੈਗਾ ਜਿਵੇਂ ਫੋਰਡ ਦੀ ਫੀਗੋ ਦੀ ਲਾ ਲਓ ਫੀਗੋ ਦੀ ਬੈਟਰੀ ਸਰ ਫੀਗੋ ਚ ਫੋਰਡ ਫਿਸਟਾ ਦੇ ਵਿੱਚ ਪਲੱਸ ਇੱਕੋ ਸਪੋਰਟ ਹੈ ਇੱਕੋ ਹੀ ਬੈਟਰੀ ਲੱਗਦੀ ਹੈ 1045 AH ਦੀ ਬੈਟਰੀ ਹੈ ਠੀਕ ਹੈ ਤੇ ਉਹਦਾ ਬੈਟਰੀ ਦਾ ਸਾਈਜ਼ ਇਸ ਤਰ੍ਹਾਂ ਬਣਾਇਆ ਕਿ ਸਿਰਫ ਉਹੀ ਬੈਟਰੀ ਉੱਥੇ ਫਿੱਟ ਆਏਗੀ ਹੋਰ ਕੋਈ ਆਏਗੀ ਕੋਈ ਹੋਰ ਬੈਟਰੀ ਆ ਹੀ ਨਹੀਂ ਸਕਦੀ ਜੇ ਆਪਾਂ ਹੋਰ ਬੈਟਰੀ ਲਗਾਵਾਂਗੇ ਉਹਦੇ ਉੱਪਰ ਜਾ ਕੇ ਬੋਨਟ ਦੇ ਨਾਲ ਉਹਦੇ ਟੱਚ ਹੁੰਦੀ ਹੈ ਟਰਮੀਨਲ ਟੱਚ ਹੋਣ ਦਾ ਖਤਰਾ ਹੁੰਦਾ ਠੀਕ ਹੈ ਠੀਕ ਹੈ ਇਸ ਕਰਕੇ ਆਪਾਂ ਲਗਾ ਦਿੰਦੇ ਹਾਂ ਉਹ ਡਿਜ਼ਾਈਨ ਦੇ ਹਿਸਾਬ ਨਾਲ ਉਹਨਾਂ ਨੇ ਬੈਟਰੀਆਂ ਬਸ ਉਸ ਤੋਂ ਡਿਜ਼ਾਈਨ ਕੀਤੀਆਂ ਹੋਈਆਂ ਨੇਗੀਆਂ ਤੇ ਇੱਕ ਹੁਣ ਜਿਵੇਂ ਮੋਟਰਸਾਈਕਲ ਬਾਰੇ ਵੀ ਦੱਸ ਦੋ ਵੀ ਹੁਣ ਬੈਟਰੀ ਕਿਹਦੀ ਕਿਹੀ ਭਰਾਵਾਂ ਨੇ ਸਪਲੈਂਡਰ ਦੀ ਮੇਨ ਤਾਂ ਸਾਡੇ ਕੋਲ ਸਪਲੈਂਡਰ ਹੀ ਹੁੰਦੇ ਨੇ ਸਾਰੇ ਕੋਲ ਸਪਲੈਂਡਰ ਸਰ ਸੈਲਫ ਸਟਾਰਟ ਦੀ ਬੈਟਰੀ ਅਲੱਗ ਹੈ ਅੱਛਾ ਜੀ ਵਿਦਆਊਟ ਸੈਲਫ ਦੀ ਅਲੱਗ ਹੈ ਤੇ ਜਿਹੜਾ ਸੈਲਫ ਸਟਾਰਟ ਸਪਲੈਂਡਰ ਹੈ ਉਹਦੀ ਬੈਟਰੀ ਕਿੰਨੀ ਕਰੀ ਹੋਊਗੀ ਸੈਲਫ ਸਟਾਰਟ ਜਿਹੜਾ ਸਪਲੈਂਡਰ ਹੈ ਉਹਦੀ ਬੈਟਰੀ ਜੀ ਐਮਰੋਨ ਦੀ ਪੁਰਾਣੀ ਬੈਟਰੀ ਕੱਢ ਕੇ 750 ਦੀ ਹੈ 2 ਸਾਲ ਦੀ ਗਾਰੰਟੀ ਉਹਦੀ 2 ਸਾਲ ਵਾਰੰਟੀ ਤੇ ਇੱਕ ਸਾਈਡ ਦੀ 850 ਦੀ ਹੈ ਉਹਦੀ ਵੀ ਸੇਮ ਹੈ 2 ਸਾਲ ਗਾਰੰਟੀ 2 ਸਾਲ ਵਾਰੰਟੀ ਠੀਕ ਹੈ ਠੀਕ ਤੇ ਜਿਹੜਾ ਨਾਰਮਲ ਆਂਦਾ ਹੈ ਵਿਦਆਊਟ ਸੈਲਫ ਉਹਦੀ 300 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਬੈਟਰੀ ਅੱਛਾ ਜੀ 300 ਰੁਪਏ ਵੀਰੇ ਜਿੰਨਾ ਦੀ ਡਾਊਨ ਨੇਗੀਆਂ ਤੇ ਬੈਟਰੀਆਂ ਆਪਣੀਆਂ ਤੁਸੀਂ ਪਵਾ ਸਕਦੇ ਹੋ ਮੋਟਰਸਾਈਕਲਾਂ ਦੀ ਪਵਾ ਸਕਦੇ 300 ਰੁਪਏ ਤੋਂ ਸਟਾਰਟ ਨੇਗੀਆਂ ਤੇ 300 ਤੋਂ ਸਟਾਰਟ ਹੋ ਕੇ ਆਪਣੇ ਕੋਲ ਇਸ ਟਾਈਮ ਕਿੱਥੇ ਤੱਕ ਬੈਟਰੀ ਪਈ ਹੈ 300 ਤੋਂ ਸਟਾਰਟ ਹੋ ਕੇ ਸਰ ਜਿਹੜੀ ਵਿਦਆਊਟ ਸੈਲਫ ਵਾਲੀ ਬੈਟਰੀ ਹੈ 650 ਰੁਪਏ ਤੱਕ ਹੈ 300 ਦੀ ਗਾਰੰਟੀ 1 ਸਾਲ ਹੈ 650 ਵਾਲੀ ਦੀ ਗਾਰੰਟੀ 2 ਸਾਲ ਹੈ ਆਪਣੇ ਕੋਲ ਇਹਨਾਂ ਨਾਲੋਂ ਵੀ ਘੱਟ ਤੋਂ ਘੱਟ ਕੇ 300 ਦੀ ਬੈਟਰੀ ਸ਼ੁਰੂ ਹੋ ਰਹੀ ਹੈ ਬੈਟਰੀ 1 ਸਾਲ ਗਾਰੰਟੀ ਜੇ ਤੁਸੀਂ ਗਾਰੰਟੀ 6 ਮਹੀਨੇ ਲੈਣੀ ਹੈ ਤਾਂ 250 ਰੁਪਏ ਦੀ ਅੱਛਾ ਜੀ ਤੇ ਮਹਿੰਗੀ ਤੋਂ ਮਹਿੰਗੀ ਬੈਟਰੀ ਕਿਹੜੀ ਪਈ ਹੈ ਮਹਿੰਗੀ ਤੋਂ ਮਹਿੰਗੀ ਬੈਟਰੀ ਸਰ ਇਹਦੇ ਵਿੱਚ ਮਰਸੀਡੀਜ਼ ਦੀ ਪਈ ਹੈ ਮਰਸੀਡੀਜ਼ ਦੀ ਪਈ ਹੈ ਕਿਹੜੀ ਦਿਖਾਓ ਮੈਨੂੰ ਮਰਸੀਡੀਜ਼ ਦੀ ਬੈਟਰੀ ਲਓ ਜੀ ਮਰਸੀਡੀਜ਼ ਦੀ ਬੈਟਰੀ ਦੇਖਦੇ ਹਾਂ ਹੁਣ ਮਹਿੰਗੀ ਤੋਂ ਮਹਿੰਗੀ ਕਿਹੜੀ ਹੁੰਦੀ ਹੈ ਤੇ ਦੇਖਣ ਨੂੰ ਤਾਂ ਛੋਟੀ ਜੀ ਲੱਗ ਰਹੀ ਹੈ ਵੀਰੇ ਇਹ ਸਰ ਸਾਈਜ਼ ਦੱਸਿਆ ਨਾ ਸਪੈਸ਼ਲ ਨੇ ਕੋਈ ਫਿੱਟ ਨਹੀਂ ਹੋ ਸਕਦਾ ਠੀਕ ਹੈ ਠੀਕ ਹੈ ਇਹਦੀ ਵਾਰੰਟੀ ਦੇਖੋ 66 ਮੰਥ ਹੈ ਜੀ ਓਏ ਹੋਏ 5.5 ਸਾਲ ਠੀਕ ਹੈ ਇਹ ਮਰਸੀਡੀਜ਼ ਦੀ ਬੈਟਰੀ ਹੈਗੀ ਤੇ ਇਹਦਾ ਫਿਰ ਰੇਟ ਕੀ ਹੋਊਗਾ ਜੀ ਇਹ ਬੈਟਰੀ ਸਰ 16000 ਰੁਪਏ 16000 ਦੀ ਬੈਟਰੀ ਹੈ ਮਰਸੀਡੀਜ਼ ਦੀ ਸਪੈਸ਼ਲ ਡਿਜ਼ਾਈਨ ਇਹਨਾਂ ਦੇ ਬੈਟਰੀਆਂ ਦੇ ਅਲੱਗ ਹੀ ਡਿਜ਼ਾਈਨ ਹੁੰਦੇ ਨੇਗੇ ਠੀਕ ਹੈ ਤੇ ਜੇ ਨਾਰਮਲ ਸਰ ਆਪਾਂ ਮਰਸੀਡੀਜ਼ ਦੇ ਵਿੱਚ ਕੋਈ ਵੀ ਹੋਰ ਤਰ੍ਹਾਂ ਦੀ ਬੈਟਰੀ ਲਾ ਦਈਏ ਤਾਂ ਉਹਦੇ ਕਈ ਵਾਰ ਗੱਡੀ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਤਾਂ ਉਹਦਾ ਜਿਹੜਾ ਆਪਣਾ ਟਰਬੋ ਹੁੰਦਾ ਕੰਮ ਕਰਨਾ ਬੰਦ ਕਰ ਦਿੰਦਾ ਜੇ ਕੋਈ ਹੋਰ ਬੈਟਰੀ ਲਾ ਦਈਏ ਠੀਕ ਹੈ ਇਹਦੀ ਕਿੰਨੀ ਪਾਵਰ ਹੁੰਦੀ ਹੈਗੀ ਇਹ ਬੈਟਰੀ ਉਹਦੇ ਬਰਾਬਰ ਹੀ ਹੈ ਜਿਹੜੀ ਤੁਹਾਡੀ ਵਾਲੀ ਬੈਟਰੀ ਜਿਹੜੀ ਆਪਾਂ ਨੇ ਲਾਈ ਹੈਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਵੀਰੇ ਤੁਹਾਡੇ ਨਾਲ ਗੱਲ ਕਰਕੇ ਵੀ ਤੇ ਬਹੁਤ ਮੈਂ ਹਰ ਵਾਰ ਜਦੋਂ ਆਉਣਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈਗਾ ਬਿਲਕੁਲ ਤੁਸੀਂ ਵੀ ਸਾਡਾ ਪੂਰਾ ਉਹ ਕਰਦੇ ਹੋ ਜੀ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਤੇ ਇੱਕ ਕੋਈ ਵੀ ਭਰਾ ਜੇ ਕੋਈ ਬੈਟਰੀ ਲੈਣਾ ਚਾਹੁੰਦਾ ਇਨਫੋਰਮੇਸ਼ਨ ਨਹੀਂ ਬੈਟਰੀ ਲੈਣਾ ਚਾਹੁੰਦਾ ਹੈਗਾ ਤਾਂ ਵੀਰੇ ਹੋਰਾਂ ਨਾਲ ਮੈਂ ਇਹਨਾਂ ਦਾ ਨੰਬਰ ਹੈਗਾ ਤੇ ਤੁਸੀਂ ਉਰੇ ਸੰਗਰੂਰ ਗਊਸ਼ਾਲਾ ਰੋਡ ਕਿਸਾਨ ਬੈਟਰੀ ਹਾਊਸ ਉਰੋਂ ਤੁਸੀਂ ਬੈਟਰੀ ਲੈ ਕੇ ਜਾ ਸਕਦੇ ਹੋਗੇ ਸੰਗਰੂਰ ਦਾ ਕਿਹੜਾ ਪੈਟਰੋਲ ਪੰਪ ਹੈ ਕੀ ਨਾਮ ਹੈ ਇਹਨਾਂ ਦਾ ਪਾਲ ਸਰਵਿਸ ਸਟੇਸ਼ਨ ਉਰੇ ਫਿਲਿੰਗ ਸਟੇਸ਼ਨ ਦੇ ਨਾਮ ਤੇ ਫੇਮਸ ਹੈ ਠੀਕ ਹੈ ਜੀ ਤੇ ਆ ਉਰੇ ਸ਼ਹੀਦ ਭਗਤ ਸਿੰਘ ਜੀ ਚੌਂਕ ਜੀ ਕੋਲ ਉਰੇ ਨੇੜੀ ਹੈ ਤੇ ਪੰਪ ਦੇ ਬਿਲਕੁਲ ਸਾਹਮਣੇ ਕਿਸਾਨ ਬੈਟਰੀ ਹਾਊਸ ਤੇ ਉਰੋਂ ਤੁਸੀਂ ਬੈਟਰੀ ਜਿਹੜੀ ਮਰਜ਼ੀ ਬੈਟਰੀ ਲਓ ਤੇ ਪੂਰੀ ਜਾਣਕਾਰੀ ਦੇਣਗੇ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਦੇਣਗੇ ਕੋਈ ਐ ਨਹੀਂ ਕੋਈ ਚੀਜ਼ ਦਾ ਉਲਾ ਰੱਖਿਆ ਜਾਊਗਾ ਆਪਣੇ ਵਾਲਾ ਹੀ ਕੰਮ ਹੈ ਤੇ ਹਾਂਜੀ ਹੁਣ ਇਨਵਰਟਰ ਦੱਸਦਾ ਜੀ ਬੈਟਰੀ ਖਰੀਦਣ ਤੋਂ ਬਾਅਦ ਅਸੀਂ ਆ ਗਏ ਚਾਵਲਾ ਰੈਸਟੋਰੈਂਟ ਤੇ ਗਿੰਨੀ ਵੀ ਮੇਰੇ ਨਾਲ ਹੈ ਆ ਦੇਖ ਲਓ ਮੁੱਛ ਨੂੰ ਬੜੇ ਨੇ ਦਿੱਤਾ ਜਿੱਦਣ ਅੱਛਾ ਅੱਜ ਮੁੰਡਾ ਢਿੱਲਾ ਹੈਗਾ ਢਿੱਲਾ ਮਤਲਬ ਵੀ ਸਾਰਾ ਦਿਨ ਜਦੋਂ ਵਿਹਲੇ ਹੁੰਦੇ ਨਾ ਫਿਰ ਬੋਰ ਹੋ ਜਾਂਦੇ ਹੈਗੇ ਅਤੇ ਬੰਦਾ ਬੋਰ ਹੋ ਕੇ ਬਸ ਫਿਰ ਇਹੋ ਜਿਹਾ ਹੀ ਹੁੰਦਾ ਹੈਗਾ ਸੁਸਤੀ ਪੈ ਜਾਂਦੀ ਹੈ ਅਤੇ ਮੇਨ ਵਿਹਲਾ ਕਿਉਂ ਵਿਹਲਾ ਹੀ ਆ ਸਾਰਾ ਦਿਨ ਅੱਜ ਵਿਹਲੇ ਸੀ ਹੋਰ ਕੀਤਾ ਦਿਨ ਅੱਜ ਵਿਹਲੇ ਕੰਮ ਤਾਂ ਹੋਇਆ ਨਹੀਂ ਯਾਰ ਕੋਈ ਉਮੀਦ ਕਰਦਾ ਬੈਟਰੀ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਜਿੰਨੀ ਕੁ ਜਾਣਕਾਰੀ ਸਾਨੂੰ ਸੀ ਅਸੀਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਜਿੰਨਾ ਕੁ ਪਤਾ ਕੀਤਾ ਉਨਾ ਕੁ ਤੁਹਾਡੇ ਨਾਲ ਸਾਂਝਾ ਕੀਤਾ ਅਤੇ ਆਪਣਾ ਗਿਵਅਵੇ ਨਾ ਭੁੱਲਿਓ 1 ਤਰੀਕ ਨੂੰ ਵੀਡੀਓ ਪਾਈ ਸੀਗੀ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਏਗਾ ਆਪਣੇ 2 ਯੂਟਿਊਬ ਚੈਨਲ ਸਬਸਕ੍ਰਾਈਬ ਕਰਨੇ ਨੇ ਅਤੇ 3 ਇੰਸਟਾਗ੍ਰਾਮ ਫੋਲੋ ਕਰਨੇ ਨੇਗੇ ਅਤੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਉਹ ਵੀਡੀਓ ਦੇਖ ਲਿਓ ਉਸ ਵੀਡੀਓ ਦੇ ਉੱਤੇ ਕਮੈਂਟ ਕਰਨੇ ਨੇਗੇ ਅਤੇ ਉਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਤੁਸੀਂ ਵੀ 15 ਇਨਾਮ ਦੇ ਉੱਤੇ ਰੱਖੇ ਹੋਏ ਨੇਗੇ ਐਪਲ ਦੇ ਏਅਰਪੋਰਟ ਨੇਗੇ ਇੰਪੋਰਟਡ ਵਾਲੇ ਅਤੇ ਟਰੈਕਟਰ ਦੇ ਸਪਿਨਰ ਨੇਗੇ ਅਤੇ ਪੰਜਾਬੀ ਸੂਟ ਵੀ ਹੈਗਾ ਇੱਕ ਅਤੇ ਇੱਕ 2 ਪਾਵਰ ਬੈਂਕ ਵੀ ਹੈਗੇ ਨੇ ਇੱਕ ਬੈਗ ਲੈ ਕੇ ਆਇਆ ਸੀ ਮੈਂ ਦੁਬਈ ਤੋਂ ਉਹ ਵਾਲਾ ਐਲ ਈ ਡੀ ਬੈਗ ਵੀ ਹੈਗਾ
तो उम्मीद करते भाई वीडियो सू वी लग रही होनी। बाकी मेरी कोशिश मैं कई जिम्मे रिप्लाई करने के मैं थोड़ी दिक्कत हो रही है क्योंकि टाइम घट हों का, जॉब भी करते हैं, घर भी देखना, सारा सिस्टम चलाना है ना, घर जो भी आप तैयार मोडीफाई भी करने के, तो वह करके मैं सोच रहा है। बाकी कमेंट करके दस्यो, मैं सोच रहा भी एक दिन वीडियो, एक दिन सारे कमेंटा में रिप्लाई भी एवं कर लिए, एक दिन सारे रिप्लाई कर दिया करिए, भरावान रात ला के एक दिन वीडियो आ जाए करे, उ कुछ मैं सोच रहा है। बाकी कमेंट करके दस्यो, तो मैं कमेंट सारे का पढ़ते रहना गा, तो हर रोज़ मैं कोशिश करूँगा भी जो एक जिम्मे कमेंट मैं पढ़ते पढ़ते जोड़ा कमेंट मैंने सब तो वीयी लगे हो करे करूँ, भरा का किसी का कमेंट लगे करूँगा, तो आप जिम्मे आह वाली वीडियो के अच्छ मैं कल वाले कमेंट आह वी लगे सब तो आह कमेंट जो स्क्रीन पर आ रहा है, तो भाई का नाम भी स्क्रीन पर आ रहा है, तो ऐसे तरीके भी अगले जिन्हें भी मैं रोज़ कमेंट वजी लगे करे तो उही कमेंट मैं अगली वीडियो के नाम से कमेंट जरूर वीडियो के पोस्ट करूँगा। तो चलो दोस्तों इसे तरीके प्यार बने रखो, तो दिलों धन्यवाद थोड़ा भाई।